ਜਦੋਂ ਮੈਂ ਅਲਾਸ ਜੋ ਸੀਨ ਸ਼ੂਟ ਕੀਤਾ ਸੀਗਾ ਬਹੁਤ ਹੀ ਇੰਟੈਂਸ ਸੀਨ ਹੈ ਉਹਦੇ ਵਿੱਚ ਮੈਨੂੰ ਕੱਟਣਾ ਸੀ ਮਟਰਨ ਕੱਟਣਾ ਸੀ ਮੈਂ ਵੈਜੀਟੇਰੀਅਨ ਤਾਂ ਉਹ ਕੱਚਾ ਕੱਟਣਾ ਮੇਰੇ ਲਈ ਬੜਾ ਔਖਾ ਸੀ ਬਿਕੋਜ਼ ਜੋ ਬੰਦਾ ਖਾਂਦਾ ਨਹੀਂ ਆ ਉਹਨੂੰ ਬਿਲਕੁਲ ਹੀ ਕੱਚਾ ਦੇ ਦੋ ਔਰ ਕਸਾਈਆਂ ਵਾਲਾ ਤੁਸੀਂ ਚਾਕੂ ਦੇ ਦੋ ਜੋ ਸਰ ਨੇ ਮੈਨੂੰ ਦਿੱਤਾ ਸੀਗਾ ਮਾਈ ਗॉड ਇਟ ਵਾਸ ਲਿਟਰਲੀ ਮੇਰੇ ਹੱਥ ਸ਼ਿਵਰ ਕਰ ਰਹੇ ਸੀ ਤਾਂ ਉਹ ਕੈਮਰਾ 'ਚ ਦਿਖ ਰਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਮਤਲਬ ਕਿਰਦਾਰ ਚਾਹੀ ਉਹ ਗੁੱਸਾ ਮੌਂਜਲੀਕਾ ਵਾਲਾ ਗੁੱਸਾ ਤੇ ਉਹ ਫਿਰ ਪ੍ਰੋਪਰ ਉਹ ਸੀਨ ਉਹ ਮੈਨੂੰ ਕਦੀ ਨਹੀਂ ਭੁੱਲੇਗਾ ਕਿਉਂਕਿ ਤੁਸੀਂ ਹਰ ਪ੍ਰੋਜੈਕਟ ਤੋਂ ਕੋਈ ਵੀ ਤੁਸੀਂ ਕੰਮ ਕਰਦੇ ਹੋ ਕੋਈ ਵੀ ਤੁਸੀਂ ਕਿਰਦਾਰ ਪਲੇ ਕਰਦੇ ਹੋ ਹਰ ਫਿਲਮ ਤੋਂ ਤੁਸੀਂ ਕੁਝ ਨਾ ਕੁਝ ਸਿੱਖਦੇ ਹੋ ਮੈਂ ਮੈਂ ਇਸ ਫਿਲਮ ਤੋਂ ਆ ਸਿੱਖਿਆ ਆ ਕਿ ਕੋਈ ਵੀ ਚੈਲੰਜ ਹੋਏ ਤੁਹਾਡੇ ਸਾਹਮਣੇ ਹਮੇਸ਼ਾ ਰੈਡੀ ਰਹਿਣਾ ਚਾਹੀਦਾ ਐਕਸੈਪਟ ਕਰਨ ਨੂੰ ਅੱਜ ਮੈਨੂੰ ਬੱਕਰਾ ਘਟਣਾ ਪਿਆ ਕੱਲ ਕੀਪਦਾ ਬੰਦਾ ਘਟਣਾ ਪਿਆ ਪਿਆਰਾ ਭਾਈ ਕੀ ਪਿਆ